ਦੋ ਵਾਰ ਕੈਪਟਨ ਸਾਹਿਬ ਮੁੱਖ ਮੰਤਰੀ ਵੀ ਬਣੇ ਹੈਗੇ ਆ, ਔਰ ਇਸ ਵੇਲੇ ਇੱਕ ਮੰਤਰੀ ਬਟਾਲੇ ਦਾ ਹੈਗਾ। ਕਿਸੇ ਨੇ ਸੜਕ ਚੌਂ ਮਾਰਗੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੇਰੀ ਪਹਿਲੀ ਕੋਸ਼ਿਸ਼ ਰਹੂਗੀ ਕਿ ਮੈਂ ਜਿਹੜਾ ਹੈਗੀ ਆ ਚੌਂ ਮਾਰਗੀ ਕਰਾਊਂਗਾ ਤਾਂ ਕਿ ਸੜਕ ਦੇ ਐਕਸੀਡੈਂਟ ਨਾ ਹੋਣ, ਲੋਕਾਂ ਨੂੰ ਜਿਹੜੀ ਸੁਖ ਆਵਾਜਾਈ ਹੈ ਇੱਥੋਂ ਸਰਹੰਦ ਤੱਕ ਅੱਗੇ ਜੀ ਟੀ ਰੋਡ ਨੂੰ ਜੁਆਇਨ ਕਰਦੀ ਹੈ ਉੱਥੇ ਪ੍ਰਾਪਤ ਹੋ ਸਕੇ ਜੀ। ਘੱਗਰ ਦਾ ਮਾਮਲਾ ਹੈਗਾ, ਇਹ ਹਿਮਾਚਲ ਹਰਿਆਣਾ ਅਤੇ ਪੰਜਾਬ ਦਾ ਸਾਂਝਾ ਮਾਮਲਾ ਹੈਗਾ। ਪਹਿਲਾਂ ਮੈਂ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਪਰ ਮੰਤਰੀ ਬਦਲ ਕਰਕੇ ਕਾਮਯਾਬ ਨਹੀਂ ਹੋਈਆਂ। ਦੂਜਾ ਸੁਪਰੀਮ ਕੋਰਟ 'ਚ ਕੇਸ ਚੱਲਦਾ ਸੀਗਾ, ਪਰ ਇਸ ਘੱਗਰ ਵਾਸਤੇ ਮੈਂ ਤਿੰਨਾਂ ਰਾਜਾਂ ਨਾਲ ਗੱਲ ਕਰਕੇ, ਇਹਨਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ। ਕਿਉਂਕਿ ਘੱਗਰ ਹਰ ਸਾਲ ਮਨੁੱਖੀ ਜਾਨਾਂ ਦਾ ਬਣਦਾ, ਪਸ਼ੂ ਧਨ ਦਾ ਨੁਕਸਾਨ ਹੁੰਦਾ, ਨੁਕਸਾਨ ਹੁੰਦਾ, ਕਿਸਾਨਾਂ ਦੀ ਆਰਥਿਕਤਾ ਡਾਵਾਂਡੋਲ ਹੋ ਜਾਂਦੀ ਹੈਗੀ ਹੈ। ਸੋ ਘੱਗਰ ਮੇਰੀ ਪ੍ਰਾਇੋਰਟੀ ਰਹੇਗੀ ਜੀ। ਇਸ ਤੋਂ ਇਲਾਵਾ ਜਿਹੜੇ ਹੋਰ ਕੋਈ ਹੈਵੀ ਇੰਡਸਟਰੀ ਹੋਈ ਜਾਂ ਪਟਿਆਲੇ ਦੇ ਹੋਰ ਜਿਹੜੇ ਕੰਮ ਜਿਉਂ ਜਿਉਂ ਮੇਰੇ ਧਿਆਨ 'ਚ ਆਉਂਦੇ ਰਹਿਣਗੇ ਉਹ ਮੈਂ ਕਰਵਾਉਂਦਾ ਰਹੂੰਗਾ। ਲਾਈਨ ਫੋਰ ਲੇਨਿੰਗ, ਲਾਈਨ ਲਾਈਨਿੰਗ ਡਬਲ ਹੋ ਗਈ, ਬਿਜਲਈਕਰਨ ਹੋ ਗਿਆ ਰਾਜਪੁਰਾ ਬਠਿੰਡਾ ਦਾ, ਇੱਥੇ ਵੱਧ ਤੋਂ ਵੱਧ ਗੱਡੀਆਂ ਚਲਾਉਣ ਦੀ ਕਰੋੜ 10 ਗੱਡੀਆਂ ਨਵੀਆਂ ਚਲਾਉਣ ਦੀ ਮੈਂ ਕੋਸ਼ਿਸ਼ ਕਰੂੰਗਾ। ਡਾਕਟਰ ਸਾਹਿਬ 400 ਗੋਦੀ ਜਾ ਬੈਠਾ ਟੱਬਰ ਉਹਦੀ ਸਜ਼ਾ ਕੀਤੀ। ਇੱਕ ਕਨਈਆ ਮਿੱਤਲ ਵੱਲੋਂ ਲੱਗਦਾ ਬਹੁਤ ਕਾਰਨ ਹੈਗਾ। ਉਹਨਾਂ ਦਾ ਇੱਕ ਪਰਸਨਲ ਵੋਟ ਬੈਂਕ ਵੀ ਹੈਗਾ, ਸ਼ਾਹੀ ਖਾਨਦਾਨ ਇਤਿਹਾਸਕ ਤੌਰ ਤੇ ਜੁੜੇ ਹੋਏ ਆ। ਬਹੁਤ ਲੋਕਾਂ ਨੇ ਇਹਨਾਂ ਜ਼ਮੀਨਾਂ ਦਿੱਤੀਆਂ, ਪੱਟੇ ਦਿੱਤੇ ਜਦੋਂ ਉੱਜੜ ਕੇ ਆਏ ਨੇ ਉੱਥੋਂ। ਬਾਕੀ ਦਲਿਤ ਬਸਤੀਆਂ ਵਿੱਚ ਇਹਨਾਂ ਦਾ ਪ੍ਰਭਾਵ ਉੱਥੇ ਕਈ ਤਰ੍ਹਾਂ ਨਾਲ, ਔਰ ਦੂਜੇ ਮੈਂ ਕਹਿ ਰਿਹਾ ਇਹਨਾਂ ਨੇ ਹੋਰ ਵੀ ਕਈ ਢੰਗ ਤਰੀਕੇ ਵਰਤੇ ਆ, ਜਿਹਨਾਂ ਦਾ ਇੱਕ ਤਾਂ ਇਹਨਾਂ ਰਾਮ ਮੰਦਿਰ ਨੂੰ ਵਰਤਿਆ ਹੈਗਾ। ਸਮਾਣੇ ਵਿੱਚ ਗਏ ਤਾਂ ਉੱਥੇ ਕਹਿਣਗੇ ਰਾਮ ਮੰਦਿਰ ਦਾ ਪ੍ਰਸ਼ਾਦ ਆਇਆ ਹੈਗਾ, ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਇਹ ਧਰਮ ਦਾ ਪੱਤਾ ਵਰਤਿਆ ਗਿਆ ਕਿ ਬਹੁਤ ਖਤਰਨਾਕ ਹੈ ਕਿਸੇ ਵੀ ਧਰਮ ਪੱਖ ਮੁਲਕ ਵਿੱਚ। ਉਹ ਬਹੁਤ ਗਲਤ ਕੀਤਾ ਇਹਨਾਂ ਨੇ, ਇਹਨਾਂ ਨੇ ਰਾਮ ਦੇ ਨਾਂ ਨੂੰ ਖੂਬ ਸਿਆਸੀ ਤੌਰ 'ਤੇ ਵਰਤਿਆ ਹੈਗਾ, ਕਿ ਮੈਂ ਇਹਦੀ ਨਿਖੇਧੀ ਕਰਦਾ ਹੈਗਾ। ਔਰ ਇਹਨਾਂ ਨੇ ਕੁਛ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਆ ਅਤੇ ਨਸ਼ਾ ਵੀ ਵੰਡਿਆ ਹੈਗਾ। ਅਸੀਂ ਨਾ ਤਾਂ ਪੈਸੇ ਵੰਡੇ, ਨਾ ਨਸ਼ਾ ਵੰਡਿਆ, ਨਾ ਅਸੀਂ ਕੋਈ ਧਰਮ ਦਾ ਪੱਤਾ ਵਰਤਿਆ। ਸਾਡੀ ਖੂਬੀ ਇਹੀ ਹੈ ਕਿ ਕਾਂਗਰਸ ਪਾਰਟੀ ਧਰਮ ਪੱਖ ਪਾਰਟੀ ਹੈ, ਹਰੇਕ ਧਰਮ ਦਾ ਬਰਾਬਰ ਸਤਿਕਾਰ ਕਰਦੀ ਹੈ, ਔਰ ਧਰਮ ਨੂੰ ਰਾਜਨੀਤੀ ਵਾਸਤੇ ਨਹੀਂ। ਡਾਕਟਰ ਸਾਹਿਬ 400 ਦਾ ਨਾਰਾ ਕਿਵੇਂ ਦੇਖਦੇ ਹੋ? ਲੀਡ ਮਿਲੀ ਹੈ ਕਿੰਨੀ? ਆਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ ਇਸ ਦਾ? 14,600 ਕੁਛ ਹੈ ਜੀ। ਡਾਕਟਰ ਸਾਹਿਬ ਹੈਗਾ ਕਿ ਜਿਹੜੀ ਲੀਡ ਹੋਰ ਵੀ ਵੱਧ ਸਕਦੀ? ਤੁਸੀਂ 50,000 ਦਾ ਦਾਅਵਾ ਕਰਿਆ ਸੀ। ਲੀਡ ਵੱਧ ਸਕਦੀ ਸੀਗੀ ਕਿ ਜੇਕਰ ਸਾਡੇ ਮਤਲਬ ਜਿਹੜੀ ਸਾਡੇ ਕੁਛ ਏਰੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ, ਅਤੇ ਕੁਛ ਜਿਹੜਾ ਰਾਮ ਮੰਦਿਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤਿਆ ਉਹਦਾ ਵੀ ਫਰਕ ਪਿਆ ਹੈਗਾ। ਜਿਹੜਾ ਇਹਨਾਂ ਨੇ ਧਨ ਬਲ ਦਾ ਪ੍ਰਯੋਗ ਕੀਤਾ, ਧਨ ਦਾ ਪ੍ਰਯੋਗ ਕੀਤਾ ਹੈਗਾ, ਨਸ਼ਿਆਂ ਦਾ ਪ੍ਰਯੋਗ ਕੀਤਾ, ਉਹਦਾ ਵੀ ਫਰਕ ਪਿਆ ਹੈਗਾ। ਜਿਸ ਕਰਕੇ ਸਾਡੀ ਲੀਡ 50 ਨਹੀਂ, ਸਾਡੀ ਲੀਡ 15। ਡਾਕਟਰ ਸਾਹਿਬ, ਦੇਸ਼ ਦੇ ਵਿੱਚ ਮੋਦੀ ਸਰਕਾਰ ਬਣਨ ਜਾ ਰਹੀ ਹੈ ਜਾਂ ਨਿਤੀਸ਼ ਕੁਮਾਰ ਨੇ ਅਮਿਤ ਸ਼ਾਹ ਦਾ ਫੋਨ ਚੱਕਣਾ ਬੰਦ ਕਰ ਦਿਆ, ਤੁਹਾਨੂੰ ਲੱਗਦਾ ਇੰਡੀਆ ਗਠਬੰਧਨ ਦੀ ਸਰਕਾਰ ਬਣੇਗੀ? ਲਾਜ਼ਮੀ ਬਣੂਗੀ। ਇੰਡੀਆ ਗਠਬੰਧਨ ਦਾ ਹਿੰਦੁਸਤਾਨ ਦਾ ਫਿਊਚਰ ਹੈਗਾ। ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ, ਜਿੰਨੀਆਂ ਇੰਡੀਆ ਗਠਬੰਧਨ ਨੇ ਮਿਹਨਤ ਕੀਤੀ ਹੈ, ਔਰ ਜਿਹੜੇ 400 ਪਾਰ ਕਰਦੇ ਸੀ ਉਹ 300 ਥੱਲੇ ਅਟ ਗਏ ਹੈਗੇ ਆ। ਔਰ ਬਹੁਤ ਸਾਰੀਆਂ ਪਾਰਟੀਆਂ, ਖੇਤਰੀ ਪਾਰਟੀਆਂ ਖਾਸ ਤੌਰ 'ਤੇ ਜਿਹੜੀ ਹੈਗੀ ਹੈ ਨਵੀਨ ਪਟਨਾਇਕ ਦੀ ਪਾਰਟੀ BJD,
ਉਹਨੂੰ ਜਿਸ ਤਰ੍ਹਾਂ ਇਹਨੇ ਖੁੱਡੇ ਲੈਣ ਲਾਇਆ, ਜਿਸ ਤਰ੍ਹਾਂ ਉਹਨਾਂ ਦੀ ਮਤਲਬ ਉਹਨਾਂ ਦੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ, ਔਰ ਨਿਤੀਸ਼ ਕੁਮਾਰ ਜਿਹਨਾਂ ਨੂੰ ਇਹ ਲਗਾਤਾਰ ਜਲੀਲ ਕਰਦੇ ਰਹੇ ਉਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ, ਉਹ ਦੋਨੇ ਧਿਰਾਂ ਸਾਡੇ ਨਾਲ ਗੱਲਬਾਤ ਕਰੇ, ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਨਿਬੇੜ ਕੇ 272 ਜਾਦੂਮਈ ਅੰਕੜਾ ਅਸੀਂ ਪਾਰ ਕਰ ਲਾਂਗੇ। ਇਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਜ਼ੀਰੋ ਬਿੱਲ ਦਾ ਵੀ ਜਿਹੜਾ ਜਾਦੂ ਨਹੀਂ ਪਟਿਆਲੇ ਦੇ ਜ਼ਿਲ੍ਹਾ, ਡਾਕਟਰ ਸਾਹਿਬ ਬੜੀ ਵੱਡੀ ਨਾਗਰਿਕ ਗਰੀਬ ਵਰਗ, ਬਿਲਕੁਲ ਸਹੀ ਹੈ, ਗਰੀਬ ਵਰਗ ਬਹੁਤ ਚੱਲਿਆ ਹੈਗਾ, ਜ਼ਰੂਰ ਚੱਲਿਆ ਹੈਗਾ, ਤਾਂ ਹੀ ਆਮ ਆਦਮੀ ਪਾਰਟੀ ਇੰਨੀ ਵੋਟਾਂ ਲੈਣ 'ਚ ਕਾਮਯਾਬ ਹੋਈ ਹੈ। ਡਾਕਟਰ ਸਾਹਿਬ ਗੁਪਤ ਵੋਟ ਦੀ ਡਾਕਟਰ ਸਾਹਿਬ ਸੀਨੀਅਰ ਲੀਡਰ ਦੀ ਗੱਲਬਾਤ ਹੋਈ ਹੈ ਕਿਤੇ। ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੇ ਬਹੁਤ ਹੀ ਵੱਡੀ ਲੀਡ ਦੇ ਵਿੱਚ ਜਿੱਤ ਹਾਸਲ ਕੀਤੀ ਹੈ। ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਮੈਂ ਪਟਿਆਲਾ ਜ਼ਿਲ੍ਹੇ ਦੇ ਮੁੱਦੇ ਜਿਹੜੇ ਕਿ ਜਿਵੇਂ 4 ਲਾਈਨ ਹੋ ਗਈ ਜਾਂ ਘੱਗਰ ਦਾ ਜਿਹੜਾ ਮੁੱਦਾ ਹੈਗਾ ਉਸਨੂੰ ਮੈਂ ਪਹਿਲ ਦੇ ਆਧਾਰ 'ਤੇ ਹੱਲ ਕਰਾਵਾਂਗਾ। ਉਹਨਾਂ ਨੇ BJP 'ਤੇ ਵੀ ਦੋਸ਼ ਲਾਇਆ ਕਿ BJP ਨੇ ਪੈਸਿਆਂ ਦੀ ਵਰਤੋਂ ਕੀਤੀ ਔਰ ਉਹਨਾਂ ਨੇ ਰਾਮ ਮੰਦਿਰ ਨੂੰ ਵੀ ਪੂਰਾ ਵਰਤਿਆ ਗਿਆ ਜਿਹੜਾ ਕਿ ਚੋਣਾਂ ਦੇ ਵਿੱਚ। ਪਰ ਉਹਨਾਂ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਨੇ ਉਹਨਾਂ ਨੂੰ ਇੰਨੀਆਂ ਵੋਟਾਂ ਨਾਲ ਜਿਤਾ ਕੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਔਰ ਡਾਕਟਰ ਗਾਂਧੀ ਨੂੰ ਇਸ ਟਾਈਮ ਉਹਨਾਂ ਦੀ ਕੋਠੀ ਦੇ ਵਿੱਚ ਲੋਕ ਜਿਹੜੇ ਕਿ ਵਧਾਈਆਂ ਦੇਣ ਆ ਰਹੇ ਨੇ, ਕੋਈ ਬਰਫੀ ਦੇ ਡੱਬੇ ਲੈ ਕੇ ਆ ਰਿਹਾ ਅਤੇ ਕੋਈ ਢੋਲ ਨਗਾਰਿਆਂ ਦੇ ਨਾਲ ਆ ਰਿਹਾ। ਉਹ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲਾ ਦੇ ਵਿੱਚ ਅੱਜ ਜਦੋਂ ਵੀ ਸਵੇਰ ਦੇ ਜਦੋਂ ਦੇ ਮੁਕਾਬਲੇ ਚੱਲ ਰਹੇ ਸੀ ਡਾਕਟਰ ਧਰਮਵੀਰ ਗਾਂਧੀ ਨੇ ਲੀਡ ਤਾਂ ਮਤਲਬ ਜਿਹੜੀ ਕਿ ਲੀਡ ਟੁੱਟੀ ਨਹੀਂ ਹੈਗੀ। ਬੇਸ਼ੱਕ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਆਇਆ ਹੈ, ਲੋਕਾਂ ਨੇ ਵੀ ਸਰਕਾਰ ਦੇ ਫੈਸਲਿਆਂ ਸੰਬੰਧੀ ਮੋਹਰ ਲਾਈ ਹੈ ਔਰ BJP ਜੋ ਕਿ ਤੀਜੇ ਨੰਬਰ 'ਤੇ ਮਹਾਰਾਣੀ ਪ੍ਰਨੀਤ ਕੌਰ ਆਈ ਹੈ। ਇਸ ਕਰਕੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਅੱਜ ਪਟਿਆਲਾ ਦੇ ਲੋਕਾਂ ਦਾ ਧੰਨਵਾਦ ਕੀਤਾ। ਪਟਿਆਲਾ ਤੋਂ ਆਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ।